2000 ਰੁਪਏ ਦੇ ਨੋਟ ਤੇ ਜਾਣ ਲੋ ਇਹ ਵੱਡੀ ਅਪਡੇਟ ਜੇਕਰ ਪੁੱਲ ਗਏ ਤਾਂ ਹੋਵੇਗੀ ਵੱਡੀ ਮੁਸ਼ਕਲ ਤੁਹਾਨੂੰ ਚੱਲਣੀ ਪੈ ਸਕਦੀ ਹੈ ਇਹ ਵੱਡੀ ਪਰੇਸ਼ਾਨੀ ਸੋ ਕੁਝ ਮਹੀਨੇ ਪਹਿਲਾਂ ਹੀ ਭਾਰਤ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ ਸੋ ਇਸੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਤੋਂ ਬਾਅਦ ਹੀ ਜਿਹੜਾ ਹੈ ਕਰੋੜਾਂ ਰੁਪਏ ਦੇ 2000 ਰੁਪਏ ਦੇ ਨੋਟ ਬੈਂਕ ਨੂੰ ਵਾਪਸ ਕਰ ਦਿੱਤੇ ਗਏ ਨੇ ਸੋ ਇਸ ਦੌਰਾਨ ਹੀ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਨੇ ਆਪਣੇ ਮਾਸਿਕ ਬੁਲੇਟਿਨ ਦੇ ਵਿੱਚ ਕਿਹਾ ਹੈ ਕਿ ਰਿਜ਼ਰਵ ਕਰੰਸੀ ਦੇ ਸਭ ਤੋਂ ਵੱਡੇ ਹਿੱਸੇ ਸਰਕੂਲੇਸ਼ਨ ਵਿੱਚ মুদ্রা ਦੀ ਵਾਧਾ ਦਰ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਕਾਰ 8% ਤੋਂ ਕੱਟ ਕੇ 4.4% ਰਹਿ ਗਈ ਹੈ ਜੀ ਹਾਂ RBI ਨੇ ਇਹ ਵੀ ਕਿਹਾ ਹੈ ਕਿ 19 ਮਈ ਨੂੰ ਸਰਕੂਲੇਸ਼ਨ ਤੋਂ 2000 ਰੁਪਏ ਦੇ ਜਿਹੜੇ ਨੋਟ ਨੇ ਬੈਂਕ ਨੋਟਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਦੇ ਨਤੀਜੇ ਵਜੋਂ 2023 ਦੇ ਵਿੱਚ 19 ਮਈ ਤੋਂ 30 ਜੂਨ ਦੇ ਵਿੱਚਕਾਰ CIC ਦੇ ਵਾਅਦੇ ਵਿੱਚ ਗਿਰਾਵਟ ਆਈ ਹੈ ਜਦੋਂ ਕਿ ਪਿਛਲੇ ਸਾਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਸੋ RBI ਨੇ ਇਹ ਵੀ ਕਿਹਾ ਹੈ ਕਿ 30 ਜੂਨ 2023 ਤੱਕ ਸਰਕੂਲੇਸ਼ਨ ਤੋਂ ਵਾਪਸ ਲਏ ਗਏ ਲਗਭਗ 88 ਪ੍ਰਤੀਸ਼ਤ ਨੋਟ ਬੈਂਕਾਂ ਦੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਸੋ 3 ਜੁਲਾਈ ਨੂੰ ਕੇਂਦਰੀ ਬੈਂਕ ਨੇ ਇਹ ਵੀ ਕਿਹਾ ਸੀ ਕਿ 2000 ਰੁਪਏ ਦੇ ਨੋਟਾਂ ਦੇ ਵਿੱਚੋਂ 76% ਵਾਪਸ ਆ ਗਏ ਨੇ 30 ਜੂਨ 2023 ਤੱਕ ਸਰਕੂਲੇਸ਼ਨ ਤੋਂ ਹਟਾਏ ਗਏ 2000 ਰੁਪਏ ਦੇ ਨੋਟ ਬੈਂਕ ਨੋਟਾਂ ਦੀ ਕੁੱਲ ਕੀਮਤ 2.72 ਲੱਖ ਕਰੋੜ ਰੁਪਏ ਸੀ ਸੋ ਨਤੀਜੇ ਵਜੋਂ 3 ਜੂਨ ਨੂੰ ਕਾਰੋਬਾਰ ਦੀ ਸਮਾਪਤੀ ਤੇ 2000 ਰੁਪਏ ਦੇ ਜਿਹੜੇ ਨੇ ਨੋਟ ਨੇ ਬੈਂਕ ਨੋਟ 0. 84 ਲੱਖ ਕਰੋੜ ਰੁਪਏ ਸਨ ਸੋ ਇਸ ਦੇ ਨਾਲ ਹੀ ਦੇਸ਼ ਦੇ ਲੋਕ ਸਤੰਬਰ ਮਹੀਨੇ ਦੀ ਆਖਰੀ ਤਾਰੀਖ ਤੱਕ 2000 ਰੁਪਏ ਦੇ ਨੋਟ ਬੈਂਕ ਦੇ ਵਿੱਚ ਜਮ੍ਹਾਂ ਜਾਂ ਫਿਰ ਬਦਲੀ ਕਰ ਸਕਦੇ ਨੇ ਸੋ ਇਸ ਤੋਂ ਬਾਅਦ ਅਕਤੂਬਰ ਤੋਂ ਲੋਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਪ੍ਰਮੁੱਖ ਬੈਂਕਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੁੱਲ 2000 ਰੁਪਏ ਮੁੱਲ ਦੇ ਬੈਂਕ ਨੋਟਾਂ ਦੇ ਵਿੱਚੋਂ ਲਗਭਗ 87 ਫੀਸਦੀ ਜਮ੍ਹਾਂ ਦੇ ਰੂਪ ਵਿੱਚ ਨੇ ਅਤੇ ਨਾਲ ਹੀ ਬਾਕੀ ਲਗਭਗ 13 ਫੀਸਦੀ ਨੂੰ ਹਰ ਮੁੱਲ ਦੇ ਬੈਂਕ ਨੋਟਾਂ ਦੇ ਵਿੱਚ ਬਦਲ ਦਿੱਤਾ ਗਿਆ ਸੋ ਇਹ ਵੀ ਦੱਸਣਾ ਚਾਹਾਂਗੇ ਕਿ ਆਰਬੀਆਈ ਬੁਲੇਟਿਨ ਇੱਕ ਮਾਸਿਕ ਪ੍ਰਕਾਸ਼ਨ ਹੈ ਜੋ ਘਰੇਲੂ ਅਤੇ ਗਲੋਬਲ ਅਰਥ ਵਿਵਸਥਾਵਾ ਵਿੱਚ ਵਿਕਾਸ ਦੀ ਜਾਣਕਾਰੀ ਪ੍ਰਦਾਨ ਕਰਦਾ ਪਰ ਕੇਂਦਰੀ ਬੈਂਕ ਦੇ ਵਿਚਾਰਾਂ ਨੂੰ ਦਰਸਾਉਂਦਾ ਨਹੀਂ ਹੈ ਸੋ ਆਰਬੀਆਈ ਨੇ ਇਹ ਵੀ ਕਿਹਾ ਹੈ ਕਿ 30 ਜੂਨ 2023 ਤੱਕ ਪੈਸੇ ਦੀ ਸਪਲਾਈ ਦੀ ਵਾਧਾ ਦਰ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ 8. 9% ਦੇ ਮੁਕਾਬਲੇ 11.3% ਵਧ ਸੀ ਬੈਂਕਾਂ ਦੇ ਵਿੱਚ ਕੁੱਲ ਜਮਾ ਰਾਸ਼ੀ 12.4% ਯਾਨੀ ਕਿ ਇਸ ਦੇ ਨਾਲ ਹੀ 1 ਸਾਲ ਪਹਿਲਾਂ 9.2% ਵਧੀ ਹੈ ਸੋ ਇਸ ਦੇ ਨਾਲ ਹੀ 2000 ਰੁਪਏ ਦੇ ਬੈਂਕ ਨੋਟਾਂ ਦੀ ਨਿਕਾਸੀ ਨੂੰ ਦਰਸਾਉਂਦੇ ਨੇ ਕੁੱਲ ਜਮਾ ਅਨੁਪਾਤ ਦੀ ਮੁਦਰਾ ਦੇ ਵਿੱਚ ਗਰਾਵਟਾਈ ਹੈ